ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਅਤੇ ਅਮਰੀਕਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕ ਮਾਤਰ ਪੋਰਟਲ ਇੰਡੀਅਨ ਟਾਈਮਸ ਇਲੀ ਡੋਟ ਕੋਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸੇ ਤਰ੍ਹਾਂ ਸਥਾਪਿਤ ਕਾਰੋਬਾਰਾਂ ਦੇ ਸਾਰਿਆਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਸੌਰਵ ਸ਼ਰਮਾ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਕੱਟੜਵਾਦੀ ਸਿੱਖਾਂ ਨੇ ਡੇਰਾ ਮੁਖੀਆਂ ਦੇ ਖਿਲਾਫ਼ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਬੀਜੇਪੀ ਦੀ ਦੋ ਦਿਨ ਦੀ ਸੰਕਲਪ ਯਾਤਰਾ ਖਤਮ ਹੋ ਗਈ। ਭਾਰਤ ਵਿੱਚ ਪੀਐਮ ਨਰਿੰਦਰ ਮੋਦੀ ਨੇ ਡੇਰਾ ਮੁਖੀਆਂ ਦਾ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪਨਪੀ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਮਹਾਰਾਸ਼ਟਰ ਵਿੱਚ ਪ੍ਰਿਵਸੀ ਉੱਤੇ ਆਏ ਫੈਸਲੇ ਦਾ ਥੋੜ੍ਹਾ ਅਸਰ ਬੀਫ ਦੇ ਮਾਮਲੇ ਵਿੱਚ ਪਵੇਗਾ। ਅਮਰੀਕਾ ਵਿੱਚ US ਅਜਿਪਟ ਦੇ ਨਾਲ ਆਪਣੇ ਰਿਸ਼ਤਿਆਂ ਵਿੱਚ ਨਜ਼ਦੀਕੀਆਂ ਲਿਆਉਣ ਲਈ ਤਤਪਰ ਹੈ ਅਤੇ ਪਾਕਿਸਤਾਨ ਅਤੇ US ਨੇ ਆਪਣੇ ਮਤਭੇਦ ਖਤਮ ਕਰਨ ਦੇ ਲਈ ਬੈਕ ਚੈਨਲ ਵਾਰਤਾ ਸ਼ੁਰੂ ਕਰ ਦਿੱਤੀ ਹੈ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਪੰਜਾਬ, ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਲਈ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪੰਜਾਬ ਵਿੱਚ ਕੱਟੜਵਾਦੀ ਸਿੱਖਾਂ ਨੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ਼ ਬਲਾਤਕਾਰ ਦੇ ਮਾਮਲੇ ਵਿੱਚ CBI ਦੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਫੈਸਲਾ ਆਉਣ ਦੇ ਬਾਅਦ ਉਹਨਾਂ ਨੇ ਡੇਰਾ ਦੇ ਸਮਰਥਕਾਂ ਦੁਆਰਾ ਕੀਤੇ ਜਾਣ ਵਾਲੀ ਹਿੰਸਾ ਦੀ ਨਿੰਦਾ ਵੀ ਕੀਤੀ। ਗੁਰਦਾਸਪੁਰ ਦੇ ਉਪ ਚੁਣਾਵ ਤੋਂ ਪਹਿਲਾਂ BJP ਦੀ 2 ਦਿਵਸੀ ਸੰਕਲਪ ਯਾਤਰਾ ਪੂਰੀ ਹੋ ਗਈ। ਹਾਲਾਂਕਿ ਇੱਕ ਚੁਣਾਵੀ ਯਾਤਰਾ ਵਿੱਚ ਬਦਲ ਦਿੱਤਾ ਗਿਆ ਸੀ ਤਾਂ ਕਿ ਵਿਧਾਨ ਸਭਾ ਚੁਣਾਵ ਵਿੱਚ ਮਿਲੀ ਹਾਰ ਤੋਂ ਹਤਾਸ਼ ਹੋ ਕੇ ਜੋ ਕਾਰਜਕਰਤਾ ਪਾਰਟੀ ਛੱਡ ਕੇ ਚਲੇ ਗਏ ਸਨ ਉਹਨਾਂ ਨੂੰ ਵਾਪਸ ਲਿਆ ਜਾ ਸਕੇ। IIT ਰੋਪੜ ਆਪਣੇ ਤਿਆਰ ਹੋਣ ਵਾਲੇ ਨਵੇਂ ਕੈਂਪਸ ਵਿੱਚ 2.5 ਏਕੜ ਜ਼ਮੀਨ ਉੱਤੇ ਰਾਜ ਦੀ ਅਤਿਆਧੁਨਿਕ ਸੋਇਲ ਵਾਟਰ ਪਲਾਂਟ ਲੈਬੋਰਟਰੀ ਦੀ ਸਥਾਪਨਾ ਕਰੇਗੀ। ਇਸ ਕਦਮ ਦਾ ਉਦੇਸ਼ ਇਸ ਖੇਤਰ ਦੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੇ ਮਿੱਟੀ ਅਤੇ ਪਾਣੀ ਤੋਂ ਸੰਬੰਧਿਤ ਪਰੇਸ਼ਾਨੀ ਦਾ ਪਤਾ ਲਗਾਉਣਾ ਹੈ। SGPC ਦੇ ਪ੍ਰਮੁੱਖ ਕਿਰਪਾਲ ਸਿੰਘ ਬਡੂੰਗਰ ਕਾਂਗਰਸੀ ਨੇਤਾਵਾਂ ਉੱਤੇ ਜੰਮ ਕੇ ਪਰਸੇ। ਉਹਨਾਂ ਨੇ ਕਥਿਤ ਤੌਰ ਉੱਤੇ 4 ਵਿਧਾਇਕਾਂ ਦੇ ਨਾਂ ਉੱਤੇ ਇੱਕ ਬਿਆਨ ਜਾਰੀ ਕੀਤਾ ਸੀ ਜੋ ਉਹਨਾਂ ਨੂੰ SAD ਦੇ ਪ੍ਰਵਕਤਾ ਬਣਨ ਦੇ ਲਈ ਮਨਾ ਕਰ ਰਹੇ ਸਨ। ਚੰਡੀਗੜ੍ਹ ਲੀਗਲ ਸਰਵਿਸ ਅਥਾਰਟੀ ਨੇ ਬਲਾਤਕਾਰ ਤੋਂ ਪੀੜਿਤ 10 ਸਾਲਾਂ ਦੀ ਇੱਕ ਕੁੜੀ ਨੂੰ 1 ਲੱਖ ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ ਜਿਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪੀੜਿਤ ਮੈਡੀਕਲ ਕੇਅਰ ਦੇ ਨਾਲ ਹੋਰ ਸਾਰੀ ਸੁਵਿਧਾਵਾਂ ਵੀ ਮੁਫ਼ਤ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ। ਹਰਿਆਣਾ ਸਰਕਾਰ ਹਰ ਸਾਲ ਉਹਨਾਂ 100 ਗ੍ਰਾਮ ਪੰਚਾਇਤਾਂ ਨੂੰ 50,000 ਰੁਪਏ ਦਾ ਇਨਾਮ ਦੇਵੇਗੀ ਜੋ ਫਸਲ ਦੀ ਠੂੰਠ ਨੂੰ ਜਲਾਉਣ ਤੋਂ ਰੋਕਣ ਦੇ ਲਈ ਠੋਸ ਕਦਮ ਉਠਾਉਣਗੇ। ਹਾਲਾਂਕਿ ਇਹ ਪੁਰਸਕਾਰ ਉਹਨਾਂ ਪਿੰਡਾਂ ਦੇ ਲਈ ਹੋਵੇਗਾ ਜਿੱਥੇ ਫਸਲ ਦੀ ਠੂੰਠ ਬਿਲਕੁਲ ਨਹੀਂ ਚਲਾਈ ਜਾਏਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਲਸਾ ਯੂਨੀਵਰਸਿਟੀ ਐਕਟ 2016 ਨੂੰ ਨਿਰਸਤ ਕਰਨ ਤੋਂ ਸੰਬੰਧਿਤ ਮਾਮਲੇ ਵਿੱਚ ਆਪਣੇ ਫੈਸਲੇ ਨੂੰ ਸੁਰੱਖਿਅਤ ਰੱਖਿਆ ਹੈ। ਵਿਧਾਨ ਸਭਾ ਨੇ ਇਸ ਐਕਟ ਨੂੰ ਨਿਰਸਤ ਕਰ ਦਿੱਤਾ ਸੀ ਜਿਸ ਦੇ ਤਹਿਤ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਸਟੇਟ ਡਰੱਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬੋਰਟਰੀ ਦੇ ਇੱਕ ਵਿਸ਼ਲੇਸ਼ਕ ਖਰਾੜ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜੁਲਾਈ ਵਿੱਚ ਇੱਥੋਂ ਦੀ 2 ਲੱਖ ਰੁਪਏ ਤੋਂ ਵੱਧ ਕੀਮਤ ਦੀ 98 ਬੋਤਲਾਂ ਗੁੰਮ ਹੋ ਗਈਆਂ ਸਨ। ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੀ ਨਵੀਂ ਗਜ਼ਲ ਮੇਰਾ ਗਮ 2 ਲਾਂਚ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਰੋਮਾਂਟਿਕ ਟ੍ਰੈਕ ਦੇ ਜ਼ਰੀਏ ਪਿਆਰ ਅਤੇ ਦਰਦ ਦੇ ਅਹਿਸਾਸ ਨੂੰ ਉਜਾਗਰ ਕੀਤਾ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ 4 ਯੁਵਾ ਪਹਿਲਵਾਨ 5 ਦਿਵਸੀ ਵਰਲਡ ਸਬ ਜੂਨੀਅਰ ਰੇਸਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਇਹ ਚੈਂਪੀਅਨਸ਼ਿਪ ਗ੍ਰੀਸ ਦੇ ਏਥਨਸ ਵਿੱਚ 5 ਤੋਂ 9 ਸਤੰਬਰ ਤੱਕ ਆਯੋਜਿਤ ਕੀਤੀ ਜਾਵੇਗੀ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਨਰਿੰਦਰ ਮੋਦੀ ਨੇ ਅਧਿਆਤਮਿਕ ਸੰਤ ਖਿਲਾਏ ਜਾਣ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਅਤੇ ਯੌਨ ਸ਼ੋਸ਼ਣ ਦੇ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਭੀੜ ਦੁਆਰਾ ਸੁਰੱਖਿਆ ਬਲਾਂ ਉੱਤੇ ਹਮਲਾ ਕਰਨ ਨਾਲ ਘੱਟ ਤੋਂ ਘੱਟ 30 ਲੋਕ ਮਾਰੇ ਗਏ ਅਤੇ 250 ਤੋਂ ਜ਼ਿਆਦਾ ਲੋਕ ਘਾਇਲ ਹੋ ਗਏ। ਸੁਪਰੀਮ ਕੋਰਟ ਦੁਆਰਾ ਰਾਈਟ ਟੂ ਪ੍ਰਾਈਵੇਸੀ ਨੂੰ ਮੌਲਿਕ ਅਧਿਕਾਰ ਘੋਸ਼ਿਤ ਕਰਨ ਦੇ ਫੈਸਲੇ ਦਾ ਮਹਾਰਾਸ਼ਟਰ ਵਿੱਚ ਗਊ ਮਾਸ ਰੱਖਣ ਤੋਂ ਸੰਬੰਧਿਤ ਮਾਮਲਿਆਂ ਉੱਤੇ ਵੀ ਕੁਝ ਅਸਰ ਪਵੇਗਾ। ਇੱਕ ਪੀਠ ਜਾਨਵਰ ਨੂੰ ਰਾਜ ਤੋਂ ਬਾਹਰ ਮਾਰੇ ਜਾਣ ਦੇ ਬਾਅਦ ਗਊ ਮਾਸ ਰੱਖਣ ਦੇ ਮਾਮਲੇ ਨੂੰ ਦੋਸ਼ ਮੁਕਤ ਕਰਾਰ ਦਿੱਤੇ ਜਾਣ ਦੇ ਪੁਰਾਣੇ ਫੈਸਲੇ ਦੇ ਖਿਲਾਫ਼ ਯਾਚਿਕਾ ਦੇ ਸਮੂਹ ਦੀ ਸੁਣਵਾਈ ਕਰ ਰਹੀ ਹੈ। BJP ਦੇ ਅਧਿਕਸ਼ ਅਮਿਤ ਸ਼ਾਹ ਅਤੇ ਕੇਂਦਰ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਜ ਸਭਾ ਦੇ ਸਦੱਸਿਆਂ ਦੇ ਰੂਪ ਵਿੱਚ ਸ਼ਪਥ ਲਿੱਤੀ ਹੈ। ਸ਼ਾਹ ਦਾ ਰਾਜ ਸਭਾ ਦਾ ਇਹ ਪਹਿਲਾ ਕਾਰਜਕਾਲ ਹੈ ਜਦਕਿ ਇਰਾਨੀ ਨੇ ਦੂਜੇ ਕਾਰਜਕਾਲ ਦੇ ਲਈ ਸਦਨ ਵਿੱਚ ਪ੍ਰਵੇਸ਼ ਕੀਤਾ ਹੈ। ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਐਤਵਾਰ ਨੂੰ ਪਟਨਾ ਵਿੱਚ RJD ਪ੍ਰਮੁੱਖ ਲਾਲੂ ਪ੍ਰਸਾਦ ਦੀ BJP ਭਗਾਓ ਦੇਸ਼ ਬਚਾਓ ਰੈਲੀ ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹ ਨਾਰਵੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਅਧਿਕਸ਼ ਸੋਨੀਆ ਗਾਂਧੀ ਅਤੇ BSP ਸੁਪਰੀਮੋ ਮਾਇਆਵਤੀ ਨੇ ਵੀ ਰੈਲੀ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਸੀ। ਕੇਂਦਰੀ ਮੰਤਰੀ ਅਰੁਣ ਜੇਟਲੀ ਦੁਆਰਾ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ 5 ਹੋਰ ਨੇਤਾਵਾਂ ਉੱਤੇ ਦਾਇਰ ਮਾਨਹਾਨੀ ਦੇ ਇੱਕ ਮੁਕੱਦਮੇ ਦੀ ਸੁਣਵਾਈ ਵਿੱਚ ਤੇਜ਼ੀ ਲਿਆਉਣ ਦੇ ਹਾਈ ਕੋਰਟ ਦੇ ਇੱਕ ਜੱਜ ਦੇ ਫੈਸਲੇ ਉੱਤੇ ਸਵਾਲ ਚੁੱਕਣ ਉੱਤੇ ਕੇਜਰੀਵਾਲ ਦੀ ਖਿਚਾਈ ਕੀਤੀ ਗਈ ਹੈ। ਇਸ ਗੱਲ ਦੇ ਲਈ ਬੈਂਚ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂਤੋਸ਼ ਨੂੰ ਵੀ ਲਤਾੜਿਆ ਅਤੇ ਕਿਹਾ ਕਿ ਮੁਕੱਦਮੇ ਵਿੱਚ ਦੇਰੀ ਦੇ ਸੰਬੰਧ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਜਵਾਬ ਦੇਣਾ ਹੋਵੇਗਾ। CBI ਦੁਆਰਾ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। 2015-2016 ਦੇ ਦੌਰਾਨ ਉਹਨਾਂ ਦੇ ਮੰਤਰੀ ਰਹਿੰਦੇ ਹੋਏ ਉਹ 4.63 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਵਿੱਚ ਸ਼ਾਮਿਲ ਸਨ। ਆਮ ਆਦਮੀ ਪਾਰਟੀ ਨੇ ਇਹਨਾਂ ਆਰੋਪਾਂ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਕਿਹਾ ਕਿ ਇਹ ਸਭ ਜੈਨ ਨੂੰ ਫਸਾਉਣ ਦੇ ਲਈ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੁਆਰਾ ਦਾਇਰ ਕੀਤੀ ਗਈ
ਕਾਂਗਰਸ ਅਧਿਆਕਸ਼ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਡੇਂਗੂ ਹੋ ਗਿਆ ਹੈ। ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਚੌਥੀ ਵਿਰੇਤਾ ਪ੍ਰਾਪਤ ਪੀ ਵੀ ਸਿੰਧੂ ਨੇ ਕੁਆਟਰ ਫਾਈਨਲ ਦੇ ਮੁਕਾਬਲੇ ਵਿੱਚ ਚੀਨ ਦੀ ਸਨ ਯੂ ਨੂੰ 21-14, 21-9 ਨਾਲ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣਾ ਇੱਕ ਹੋਰ ਪਦਕ ਸੁਨਿਸ਼ਚਿਤ ਕਰ ਲਿਆ ਹੈ। ਦੋ ਵਾਰ ਕਾਂਸੇ ਪਦਕ ਵਿਜੇਤਾ ਅਤੇ ਓਲੰਪਿਕ ਵਿੱਚ ਰਜਤ ਪਦਕ ਵਿਜੇਤਾ ਹੁਣ ਚੀਨ ਦੀ ਸ਼ੈਨ ਯੂ ਫੇ ਦਾ ਸਾਹਮਣਾ ਕਰੇਗੀ। ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਵੀ ਬਾਲੀਵੁੱਡ ਦੀ ਮਸ਼ਹੂਰ ਹਸਤੀਆਂ ਨੂੰ ਭਗਵਾਨ ਗਣੇਸ਼ ਦਾ ਆਪਣਾ ਘਰਾਂ ਵਿੱਚ ਸਵਾਗਤ ਕਰਨ ਤੋਂ ਨਹੀਂ ਰੋਕ ਪਾਈ ਅਤੇ ਸਭ ਨੇ ਪੂਰੇ ਉਤਸ਼ਾਹ ਦੇ ਨਾਲ ਗਣੇਸ਼ ਚਤੁਰਥੀ ਦੇ ਸ਼ੁਭ ਅਵਸਰ ਦਾ ਜਸ਼ਨ ਮਨਾਇਆ। ਸੰਜੇ ਦੱਤ, ਅਜੇ ਦੇਵਗਨ, ਜਿਤੇਂਦਰ ਤੋਂ ਲੈ ਕੇ ਤਮੰਨਾ ਭਾਟੀਆ, ਨੀਲ ਨਿਤਿਨ ਮੁਕੇਸ਼, ਸੋਨੂ ਸੂਦ, ਬੱਪੀ ਲਹਿਰੀ ਅਤੇ ਰਾਖੀ ਸਾਵੰਤ ਸਾਰੇ ਇਸ ਉਤਸਵ ਵਿੱਚ ਸ਼ਾਮਿਲ ਹੋਏ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। indiantimesdaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਮਰੀਕਾ ਦੀਆਂ 10 ਮੁੱਖ ਖਬਰਾਂ ਹਨ। US ਇਜਿਪਟ ਦੇ ਨਾਲ ਆਪਣੇ ਰਿਸ਼ਤੇ ਬਿਹਤਰ ਕਰਨਾ ਚਾਹੁੰਦਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਵਾਧਾ ਨੂੰ ਵਿੱਚ ਵੀ ਨਹੀਂ ਆਣ ਦੇਵੇਗਾ। ਇਜਿਪਟ ਦੇ ਪ੍ਰੈਜ਼ੀਡੈਂਟ ਨੇ ਦੋਨੋਂ ਦੇਸ਼ਾਂ ਦੇ ਵਿੱਚ ਸਮਾਨ ਚਿੰਤਾਵਾਂ ਦੇ ਮੁੱਦਿਆਂ ਉੱਤੇ ਚੱਲ ਰਹੇ ਸਮਨਵੇ ਅਤੇ ਪਰਾਮਰਸ਼ ਨੂੰ ਜਾਰੀ ਰੱਖਣ ਦੇ ਮਹੱਤਵ ਉੱਤੇ ਰੋਸ਼ਨੀ ਪਾਈ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੁਆਰਾ ਆਤੰਕਵਾਦ ਦਾ ਸਮਰਥਨ ਕਰਨ ਦੇ ਲਈ ਇਸਲਾਮਾਬਾਦ ਉੱਤੇ ਸਿੱਧਾ ਹਮਲਾ ਕਰਨ ਦੇ ਬਾਅਦ ਪਾਕਿਸਤਾਨ ਅਤੇ US ਨੇ ਕੁਝ ਮਹੱਤਵਪੂਰਨ ਮੁੱਦਿਆਂ ਉੱਤੇ ਆਪਣੇ ਮਤਭੇਦ ਦੂਰ ਕਰਨ ਦੇ ਲਈ ਬੈਕ ਚੈਨਲ ਸੰਪਰਕ ਸਥਾਪਿਤ ਕੀਤੇ ਹਨ। ਦੋਨਾਂ ਦੇਸ਼ਾਂ ਤੋਂ ਰਾਜਨਾਇਕ, ਸੈਨਿਕ ਅਧਿਕਾਰੀ ਅਤੇ ਸੁਰੱਖਿਆ ਵਿਸ਼ੇਸ਼ਜ੍ਞ ਦਾ ਇੱਕ ਸਮੂਹ ਕੁਝ ਬਹੁਤ ਹੀ ਨਾਜ਼ੁਕ ਮੁੱਦਿਆਂ ਨੂੰ ਸੁਲਝਾਉਣ ਦੇ ਲਈ ਤੀਜੀ ਅਨੌਪਚਾਰਿਕ ਬੈਠਕ ਕੀਤੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵਾਈਟ ਹਾਊਸ ਕੰਟਰੋਲ ਸਿਸਟਮ ਸਥਾਪਿਤ ਕਰਨ ਅਤੇ ਪ੍ਰਤੀਦਵੰਦਤਾ ਖਤਮ ਕਰਨ ਦੇ ਲਈ ਚੀਫ ਆਫ ਸਟਾਫ ਜੌਨ ਕੈਰੀ ਦੀ ਪ੍ਰਸ਼ੰਸਾ ਕੀਤੀ। ਟਰੰਪ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ WH ਵਿੱਚ ਸਪਿਰਿਟ ਅਤੇ ਟੈਲੈਂਟ ਦੀ ਭਰਮਾਰ ਹੈ ਅਤੇ ਜਨਰਲ ਜੌਨ ਕੈਲੀ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ। ਇੱਕ ਨਵੇਂ ਆਦੇਸ਼ ਦੇ ਤਹਿਤ ਵੈਨੇਜ਼ੁਏਲੀਅਨ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਰਿਨ ਅਤੇ ਇਕੁਇਟੀ ਦੇ ਉੱਤੋਂ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੈਫਟਿਸਟ ਵੈਨੇਜ਼ੁਏਲੀਅਨ ਪ੍ਰੈਜ਼ੀਡੈਂਟ ਨਿਕੋਲਸ ਮੈਡੂਰੋ ਪ੍ਰਸ਼ਾਸਨ ਉੱਤੇ ਦਬਾਅ ਬਣਾਉਣ ਦੇ ਉਦੇਸ਼ ਤੋਂ US ਦੁਆਰਾ ਚੁੱਕਿਆ ਗਿਆ ਤਾਜ਼ਾ ਕਦਮ ਹੈ ਜੋ ਕਿ ਤਾਨਾਸ਼ਾਹੀ ਦੇ ਵੱਲ ਮਜ਼ਬੂਤੀ ਨਾਲ ਵਧ ਰਿਹਾ ਹੈ। US ਸੈਨੇਟਰ ਮਿਚ ਮੈਕਕੋਨਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਟ੍ਰੇਡ ਉੱਤੇ ਪ੍ਰੈਜ਼ੀਡੈਂਟ ਦੇ ਦ੍ਰਿਸ਼ਟੀਕੋਣ ਤੋਂ ਸਹਿਮਤ ਨਹੀਂ ਹਨ ਅਤੇ ਅਜਿਹਾ ਕੁਝ ਨਹੀਂ ਚਾਹੁੰਦੇ ਜਿਸ ਤੋਂ ਖੇਤੀਬਾੜੀ ਉਦਯੋਗ ਬਾਧਿਤ ਹੋਵੇ। ਮੈਕਕੋਨਲ ਨੇ ਇਸ ਮੁੱਦੇ ਨੂੰ ਪ੍ਰੈਜ਼ੀਡੈਂਟ ਦੀ ਧਮਕੀ ਦੇ ਤੁਰੰਤ ਸੰਬੋਧਿਤ ਕੀਤਾ ਜਿਸ ਵਿੱਚ ਟਰੰਪ ਨੇ ਕਿਹਾ ਕਿ ਉਹ US ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਇੱਕ ਸਮਝੌਤੇ ਨੂੰ ਸ਼ਾਇਦ ਰੱਦ ਵੀ ਕਰ ਸਕਦੇ ਹਨ। US ਮਿਲਟਰੀ ਆਫਿਸਰ ਜਨਰਲ ਜੌਨ ਨਿਕਲਸਨ ਅਤੇ US ਅੰਬੈਸਡਰ ਹਿਊਗੋ ਲੋਰੈਂਸ ਨੇ ਤਾਲਿਬਾਨ ਤੋਂ ਆਗ੍ਰਹਿ ਕੀਤਾ ਹੈ ਕਿ ਉਹ ਹਥਿਆਰ ਪਾਉਣ ਦੇਣ ਉੱਤੇ ਇਹ ਯੁੱਧ ਖਤਮ ਕਰਨ। ਨਿਕਲਸਨ ਨੇ ਕਿਹਾ ਕਿ ਇਹ ਵਿਦਰੋਹੀ ਅਫਗਾਨਿਸਤਾਨ ਉੱਤੇ ਅਮਰੀਕੀ ਦੀ ਨਵੀਂ ਰਣਨੀਤੀ ਦੇ ਸਾਹਮਣੇ ਨਹੀਂ ਟਿਕ ਪਾਉਣਗੇ ਅਤੇ ਉਹਨਾਂ ਨੂੰ ਸ਼ਾਂਤੀ ਪ੍ਰਕਿਰਿਆ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ। ਫਲੋਰੀਡਾ ਨੇ ਪਹਿਲੀ ਵਾਰ ਇੱਕ ਅਪਰਾਧ ਨੂੰ ਅਜਿਹਾ ਜ਼ਹਿਰੀਲਾ ਇੰਜੈਕਸ਼ਨ ਦੇ ਕੇ ਮੌਤ ਦਿੱਤੀ ਹੈ ਜਿਸ ਦਾ ਇਸਤੇਮਾਲ US ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ। ਅਜਿਹੇ ਇੰਜੈਕਸ਼ਨ ਦੇ ਲਈ ਜਿਹੜੇ 3 ਡਰੱਗਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸ ਵਿੱਚ ਇੱਕ ਐਟੋਮੀਡੇਟ ਸੀ ਜੋ ਕਿ ਹੁਣ ਮੀਰਾਜ਼ੁਲਾਮ ਦਾ ਸਬਸਟੀਟਿਊਟ ਬਣ ਜਾਵੇਗਾ। US ਮਰੀਨ ਕੋਰਪਸ ਦੇ ਡਾਈਵਰਸ ਨੂੰ ਇੱਕ ਹੋਰ ਨੌ ਸੈਨਿਕ ਦਾ ਸ਼ਵ ਮਿਲਿਆ ਹੈ ਜੋ ਕਿ ਇੱਕ ਅਮਰੀਕਨ ਡਿਸਟਰੋਇਰ ਦੇ ਇੱਕ ਆਇਲ ਟੈਂਕਰ ਦੇ ਟਕਰਾਅ ਜਾਣ ਦੀ ਵਜ੍ਹਾ ਤੋਂ ਅੱਜ ਦੂਜੇ ਸੈਨਿਕਾਂ ਦੇ ਨਾਲ ਲਾਪਤਾ ਸੀ। ਉਸਦਾ ਸ਼ਵ ਸਿੰਗਾਪੁਰ ਦੇ ਨੇਵਲ ਬੇਸ ਵਿੱਚ ਪਾਣੀ ਨਾਲ ਭਰਿਆ ਦੁਰਘਟਨਾਗ੍ਰਸਤ ਡਿਸਟਰੋਇਰ USS ਜੌਨ ਐਸ ਮੈਕਕੇਨ ਦੇ ਅੰਦਰ ਮੁਹਿੰਮ ਮਿਲਿਆ ਹੈ। ਐਪਲ ਇੰਕ ਨੇ ਆਇਓਵਾ ਵਿੱਚ 1.3 ਬਿਲੀਅਨ ਡਾਲਰ ਦਾ ਡੇਟਾ ਸੈਂਟਰ ਬਣਾਉਣ ਦੀ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ CEO ਟਿਮ ਕੁੱਕ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਵਾਅਦਾ ਕੀਤਾ ਸੀ ਕਿ ਉਹ ਦੇਸ਼ ਵਿੱਚ 3 ਨਵੇਂ ਮੈਨੂਫੈਕਚਰਿੰਗ ਪਲਾਂਟ ਬਣਾਉਣਗੇ। ਇਸ ਨਿਵੇਸ਼ ਤੋਂ ਆਇਓਵਾ ਵਿੱਚ ਆਰਥਿਕ ਅਫਸਰਾਂ ਦੇ ਨਾਲ 10,000 ਨਵੀਂ ਨੌਕਰੀਆਂ ਵੀ ਨਿਕਲਣਗੀਆਂ। ਨਾਸਾ ਨੇ ਮੰਗਲ ਗ੍ਰਹਿ ਤੋਂ ਸਦੇ ਦੇ ਡਿਊਨਸ ਦੀ ਬਹੁਤ ਹੀ ਖੂਬਸੂਰਤ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਸਦੇ ਕਿਨਾਰੇ ਬਰਫ਼ ਨਾਲ ਢਕੇ ਹੋਏ ਦਿਖ ਰਹੇ ਹਨ। ਇਹ ਤਸਵੀਰ ਮਈ ਮਹੀਨੇ ਵਿੱਚ ਇੱਕ ਹਾਈ ਰੈਜ਼ੋਲਿਊਸ਼ਨ ਇਮੇਜਿੰਗ ਸਾਇੰਸ ਐਕਸਪੈਰੀਮੈਂਟ ਕੈਮਰੇ ਤੋਂ ਲਿੱਤਾ ਗਿਆ ਜੋ ਮਾਸ ਐਕਸਪਲੋਰੇਸ਼ਨ ਔਰਬਿਟ ਵਿੱਚ ਲੱਗਿਆ ਹੋਇਆ ਹੈ ਅਤੇ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਪਰ ਤੁਸੀਂ ਇੰਡੀਅਨ ਟਾਈਮਸ ਦਿੱਲੀ ਦੇ ਲੋਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਅਮਰੀਕਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਦੇ ਲਈ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ। Sanjay Dutt earlier found it a privilege to sing and perform the Ganesha Aarti. Now some other celebrities welcome Ganesha home. Actor Vivek Oberoi, along with his father Suresh Oberoi, mother Yashodhara Oberoi, wife Priyanka Oberoi and son Vivan welcomed Ganesha home. Whereas other stars tweeted about Ganesha's homecoming. Check them out here. Ajay Devgan, Ganpati Bappa Moria, Happy Ganesh Chaturthi. Arjun Rampal, Our Ganesha is back home. Wish you all prosperity, peace, wisdom and abundance of all good things. Happy Ganesh Chaturthi. Sonali Bendre, blessed to have Ganpati Bappa with us once again. Happy Ganesh Chaturthi everyone, stay blessed, Ganpati Bappa Moria. Sonu Sood, Ganpati Bappa Moria. Celebrities including Amitabh Bachchan, Anushka Sharma, Ritesh Deshmukh among many others wished their fans and audiences on the occasion. Nawazuddin Siddiqui and Vidita Bagh's starrer Bahumasha Bandookbaz has finally hit the silver screens after a tough fight with CBFC.
Now, as usual before audience, Bollywood celebrities got a chance to watch the film. A special screening of the film was held in Mumbai where Divya Dutta, Bidita Bagh, filmmaker Farah Khan, singer Amal Malik and others reached to attend the screening. Here is what Farah Khan has to say about the film and Nawaz acting. For Babu Bhai, I think it's looking fab. Babu Moshai Bandook Bas and Nawaz is everybody's favorite. So. Okay, you are excited for Nawaz's performance? I am always excited for Nawaz's performance. Okay, and Vidita bhi hai, to unke kaam ke liye kya karna chahiye? Kinki? Vidita jo hai, the hero. Vidita has actually, मैं अश्मित को कह रही थी कि वो स्क्रीन पे कितनी सुंदर लगती है और एकदम जैसे नॉर्मल लाइफ में फिर भी वेस्टर्नाइज है बट स्क्रीन पे शी इज अ इंडियन ब्यूटी एंड शी ऑल्सो ट्वीटेड विशिंग द वेरी बेस्ट अश्मित कुंदर कुशान नंदी नवाज एंड कॉन्ग्रेट्स ऑन द रेव रिव्यूज About the critics' reviews, Vita Bagh said, "Critics ne to bahut acha likha hai ab tak. Critics to tarif kar rahe hain, par darshak agar tarif kare to hi main asli award samjhungi use." Singer Amal Malik looks excited as he's singing a song, but fun in the film. Bahut excited hu kyunki is movie ka hissa main bhi hu. Maine gaya hai ek gana Barfani is film mein, aur main bahut khush hu ki aisa ek gana. गाने का मौका मिला मुझे और ऐसे एक फिल्म के साथ यू नो हिस्सा बनने का मौका मिला नवाज सर के साथ पहली बार मेरा कोलैबोरेशन हुआ है तो मैं बहुत एक्साइटेड हूँ एंड बस आज वो दिन है जो हम फिल्म देखेंगे एंड आई एम एक्साइटेड डेफिनेटली जी जी आई एम सॉरी बहुत अच्छा एक्चुअली क्योंकि ऐसी फिल्म को आई थिंक क्रिटिक्स विल रियली पुश दिस फिल्म फॉरवर्ड एंड नवाज सर के जो फैंस हैं वो तो जाएंगे देखने के लिए द सेंट्रल बोर्ड ऑफ फिल्म सर्टिफिकेशन व्हिच वाज अर्लियर हेडेड बाय नेहलानी हैड डिमांडेड 48 कट्स इन द फिल्म व्हिच हैज इंटीमेट सीन्स टू गेट ए सर्टिफिकेशन